बीजेपी नूं लगदा पंजाब च एंट्री मिल जूगी हुण क्योंकि कानून रद्द कर दिते। किसी नूं नहीं एंट्री मिलनी, कल्ली बीजेपी नूं नहीं होर किसी नूं नहीं एंट्री मिलनी। हुण किसान तकड़े होण, इलैक्शन लड़न। अज इन्हां ने जे 3 बिल रद्द करे ने, कल नूं साडे उत्ते 6 होर वीर बना सकदे ने। बीजेपी के आगू ने कुलराज मिश्रा मंत्री ने बीजेपी के, वह कहें कि जे लोड़ लगेगी बीजेपी ने तो तीनों काले कानून ने या जे तीनों जिहड़े ऑर्डिनेंस ने वापस आउणगे। चलो जे उन्होंने कहता वापस आउणगे, फिर असीं कहड़ा मर गए हाँ, असीं भी जिउंदे बैठे हाँ, असीं भी वापस आ जाएंगे। ब्रेकिंग न्यूज़ पंजाब देख रहे हो तुसीं ते मैं हाँ एनवी माजरा। इस वेले सिंघू बॉर्डर के उत्ते मौजूद आ। सिंघू बॉर्डर के विच सस्से दे नाल सिंघू बॉर्डर ते नाल सिंघां दे बॉर्डर भी बन चुकिया सीगा, क्योंकि सिंघां ने सिंघू बॉर्डर नूं सिंघां दे जत्थे दे नाल तब्दील कर दिता ते सिंघां दा जिहड़ा काफला है, जत्थेबंदियां ने जिहड़ियां सब तो अगे बैठियां होईयां ने बैरीगेट दे नाल, बिल्कुल सिंघ राजा राज सिंह जी मेरे नाल मौजूद ने, उन्हां दे नाल गल्लबात कर लैंदे आ। मुबारकां, पहलां तां 1 साल पूरा हो चलिया है। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਨੇ। 1 ਸਾਲ ਤੋਂ ਪਹਿਲਾਂ ਇਹ ਜਿਹੜਾ ਮੋਰਚਾ ਹੱਲ ਹੋਇਆ ਵਾ, ਗੁਰੂ ਸਾਹਿਬ ਨੇ ਬਹੁਤ ਵੱਡੀ ਕਿਰਪਾ ਕੀਤੀ ਆ। ਇਹ ਹੱਕ ਅਤੇ ਸੱਚ ਦਾ ਮੋਰਚਾ ਲੱਗਿਆ ਸੀ, ਬਦੀ ਅਤੇ ਨੇਕੀ ਦੀ ਲੜਾਈ ਸੀ, ਨੇਕੀ ਦੀ ਜਿੱਤ ਹੋਈ ਆ। ਗੁਰੂ ਸਾਹਿਬ ਨੇ ਸਾਡੀਆਂ ਜਿਹੜੀਆਂ ਅਰਦਾਸਾਂ ਸੀਗੀਆਂ, ਜਿਹੜੇ ਕਹਿੰਦੇ ਸੀ ਵੀ ਇਹ ਨਾਮੁਮਕਿਨ ਆ, ਇਹ ਹੋ ਹੀ ਨਹੀਂ ਸਕਦਾ, ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਸਦਕਾ ਸਾਰਿਆਂ ਦੀਆਂ ਅਰਦਾਸਾਂ, ਜਿਹੜੇ ਮੋਰਚੇ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਦੀ ਕੁਰਬਾਨੀ, ਇਕੱਲੇ ਇਕੱਲੇ ਜਿਹੜਾ ਵੀ ਇੱਥੇ ਕਿਸਾਨ ਆਇਆ, ਮਜ਼ਦੂਰ ਚੱਲ ਗਿਆ, ਜਿੰਨੀਆਂ ਜਥੇਬੰਦੀਆਂ ਆਈਆਂ ਨੇ, ਸਾਰਿਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਸਾਰਿਆਂ ਦੀਆਂ ਅਰਦਾਸਾਂ ਕਬੂਲ ਹੋਈਆਂ ਨੇ ਸਤਿਗੁਰੂ ਮਹਾਰਾਜ ਨੇ। ਨਾਮੁਮਕਿਨ ਨੂੰ ਵੀ ਮੁਮਕਿਨ ਬਣਾ ਦਿੱਤਾ। ਸਿੰਘ ਜੀ, ਲੱਗਦਾ ਸੀ ਤੁਹਾਨੂੰ ਵੀ ਅਜਿਹੀ ਕੱਟੜ ਸਰਕਾਰ ਹੈਗੀ ਹੈ, ਤਾਨਾਸ਼ਾਹ ਸਰਕਾਰ, ਲੋਕ ਕਹਿੰਦੇ ਸੀਗੇ ਕਿ ਮੰਨੂਗਾ, ਅੱਜ ਮੰਨੂਗਾ, ਕੱਲ੍ਹ ਮੰਨੂਗਾ, 1 ਸਾਲ 12 ਮਹੀਨੇ ਦਾ ਸਮਾਂ ਜਿਹੜਾ ਲਗਾ ਕੇ ਫਿਰ ਸਰਕਾਰ ਮੰਨੀ ਹੈ, ਉਹ ਵੀ ਗੁਰਪੁਰਬ ਦੇ ਉੱਤੇ। ਦੇਖੋ, ਇਹਦਾ ਸਰਕਾਰ ਨੇ ਹੱਕ ਅਤੇ ਸੱਚ ਦਾ ਮੋਰਚਾ ਲੱਗਿਆ ਸੀਗਾ, ਗੁਰੂ ਪਾਤਸ਼ਾਹ ਮਹਾਰਾਜ ਆਪ ਇਸ ਮੋਰਚੇ ਦੀ ਅਗਵਾਈ ਕਰ ਰਹੇ ਸੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਪ੍ਰਕਾਸ਼ ਸੀ 24 ਘੰਟੇ, ਆਪ ਇਹ ਮੋਰਚੇ ਦੀ ਅਗਵਾਈ ਸਾਹਿਬ, ਜਦੋਂ ਵੀ ਕਿਤੇ ਮੋਰਚੇ ਉੱਤੇ ਬਹੁਤ ਵੱਡੇ ਵੱਡੇ ਉਤਰਾਅ ਚੜ੍ਹਾਅ ਆਏ ਨੇ, ਬਹੁਤ ਇਹਨੂੰ ਠਾਲਣ ਦੀ ਕੋਸ਼ਿਸ਼ ਕੀਤੀ ਗਈ ਆ, ਬਹੁਤ ਇਹਦੇ ਉੱਤੇ ਹਮਲੇ ਵੀ ਹੋਏ ਨੇ, ਅਤੇ ਜਾਨੀ ਹਮਲੇ ਵੀ ਹੋਏ ਨੇ, ਹੋਰ ਅੰਦਰੂਨੀ ਹਮਲੇ ਵੀ ਹੋਏ ਨੇ, ਪਰ ਗੁਰੂ ਦੀ ਅਪਾਰ ਬਖਸ਼ਿਸ਼ ਹੋਈ ਆ, ਇਹ ਮੋਰਚਾ ਫਤਿਹ ਹੋਇਆ 1 ਸਾਲ ਬਾਅਦ। ਜਿੱਥੇ ਬਿੱਲ ਵਾਪਸ ਲੈਣ ਦਾ ਐਲਾਨ ਹੋਇਆ, ਉੱਥੇ ਪ੍ਰਧਾਨ ਮੰਤਰੀ ਨੇ ਸਾਰਿਆਂ ਤੋਂ ਹੱਥ ਜੋੜ ਕੇ ਮਾਫ਼ੀ ਵੀ ਮੰਗੀ ਆ। ਸਿੰਘ ਜੀ, ਕਿਵੇਂ ਦੇਖਦੇ ਹੋ ਤੁਸੀਂ ਵੀ 1 ਸਾਲ ਦਾ ਸਮਾਂ ਪੂਰਾ ਹੋ ਗਿਆ ਅਤੇ ਉਸਦੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲਿਆ, ਬੇਅਦਬੀ ਹੋਈ, ਲਖੀਮਪੁਰ ਖੀਰੀ ਦੀ ਘਟਨਾ ਹੋਈ, ਕਿਵੇਂ ਦੇਖਦੇ ਹੋ ਕਿ ਇਹ ਜਿਹੜੇ ਦੁੱਖ ਤਕਲੀਫਾਂ ਜਾਂ ਜਿਹੜੇ ਨਿਸ਼ਾਨ ਨੇ ਮਿਟ ਜਾਣਗੇ ਸਮੇਂ ਦੇ ਨਾਲ? ਦੇਖੋ, ਇਹ ਜਿਹੜਾ ਇਤਿਹਾਸ ਸਿਰਜਿਆ ਗਿਆ, ਇਹ ਕਦੇ ਨਹੀਂ ਭੁੱਲਣਾ, ਇਹਨੂੰ ਪੀੜ੍ਹੀਆਂ ਤੱਕ ਯਾਦ ਰੱਖਿਆ। ਜਿੰਨਾ ਚਿਰ ਸੂਰਜ, ਚੰਦ, ਸੂਰਜ ਧਰਤੀ ਰਹੂਗੀ, ਉਹਨਾਂ ਚਿਰ ਇਹ ਮੋਰਚੇ ਦੀ ਗੱਲ ਹੁੰਦੀ ਰਹੂਗੀ। ਬੀਜੇਪੀ ਨੂੰ ਲੱਗਦਾ ਪੰਜਾਬ 'ਚ ਐਂਟਰੀ ਮਿਲ ਜੂਗੀ ਹੁਣ ਕਿਉਂਕਿ ਕਾਨੂੰਨ ਰੱਦ ਕਰ ਦਿੱਤੇ? ਕਿਸੇ ਨੂੰ ਨਹੀਂ ਐਂਟਰੀ ਮਿਲਣੀ, ਇਕੱਲੀ ਬੀਜੇਪੀ ਨੂੰ, ਹੋਰ ਕਿਸੇ ਨੂੰ ਨਹੀਂ ਐਂਟਰੀ ਮਿਲਣੀ। ਹੁਣ ਕਿਸਾਨ ਤਕੜੇ ਹੋਣ, ਇਲੈਕਸ਼ਨ ਲੜਨ ਅਤੇ ਰਾਜ ਸੱਤਾ ਆਪਦੇ ਹੱਥ 'ਚ ਕਰਨ, ਫਿਰ ਗੱਲ ਬਣਨੀ ਆ। ਅੱਜ ਇਹਨਾਂ ਨੇ ਜੇ 3 ਬਿੱਲ ਰੱਦ ਕਰੇ ਨੇ, ਕੱਲ੍ਹ ਨੂੰ ਸਾਡੇ ਉੱਤੇ 6 ਹੋਰ ਵੀਰ ਬਣਾ ਸਕਦੇ ਨੇ, ਸਾਨੂੰ ਉਹਦੇ ਵਾਸਤੇ ਵੀ ਤਿਆਰ ਰਹਿਣਾ ਚਾਹੀਦਾ। ਬੀਜੇਪੀ ਦੇ ਆਗੂ ਨੇ ਕੁਲਰਾਜ ਮਿਸ਼ਰਾ ਮੰਤਰੀ ਨੇ ਬੀਜੇਪੀ ਦੇ, ਉਹ ਕਹਿੰਦੇ ਕਿ ਜੇ ਲੋੜ ਲੱਗੇਗੀ ਬੀਜੇਪੀ ਨੂੰ ਤਾਂ ਤਿੰਨੋਂ ਕਾਲੇ ਕਾਨੂੰਨ ਨੇ ਜਾਂ ਜੇ ਤਿੰਨੋਂ ਜਿਹੜੇ ਆਰਡੀਨੈਂਸ ਨੇ ਵਾਪਸ ਆਉਣਗੇ। ਚਲੋ ਜੇ ਉਹਨਾਂ ਨੇ ਕਹਿਤਾ ਵਾਪਸ ਆਉਣਗੇ, ਫਿਰ ਅਸੀਂ ਕਿਹੜਾ ਮਰ ਗਏ ਹਾਂ, ਅਸੀਂ ਵੀ ਜਿਉਂਦੇ ਬੈਠੇ ਹਾਂ, ਅਸੀਂ ਵੀ ਵਾਪਸ ਆ ਜਾਵਾਂਗੇ, ਦੁਬਾਰਾ ਫਿਰ ਆ ਜਾਵਾਂਗੇ, ਅਸੀਂ ਜੰਮ ਭੱਜ ਦੇਵਾਂਗੇ। ਤੇ ਇਹ ਤਾਂ ਗੱਲਾਂ ਹੀ ਨੇ ਬਣਾ ਕੇ ਦੇ, ਪਹਿਲਾਂ ਉਹਨਾਂ ਨੇ ਮਸਾਂ ਖੜਾ ਛਡਾਇਆ ਅਤੇ ਹੁਣ ਗੱਲਾਂ ਹੀ ਨੇ ਵਾਧੂ। ਤੁਸੀਂ ਕਹਿੰਦੇ ਹੁੰਦੇ ਹੋ ਕਿ ਭੁਚੰਗ ਹੈ ਜਿਹੜਾ ਖਾਲਸਾ ਰਾਜ ਹੈਗਾ ਅਤੇ ਉਹ ਖਾਲਸਾ ਸਿੰਘ ਨੇ ਜਿਹੜੇ ਦੁਬਾਰਾ ਆਉਣਗੇ ਫਿਰ ਮੱਥਾ ਲਾਉਣ ਨੂੰ ਲੱਗਦਾ ਬੀਜੇਪੀ ਫਿਰ ਖੜੀ ਹੋ ਜਾਏਗੀ? ਕੋਈ ਗੱਲ ਨਹੀਂ, ਅਸੀਂ ਤਿਆਰ ਪ੍ਰਤਿਆਰ ਹਾਂ। ਜਿਹੜਾ ਖਾਲਸਾ ਬਣਾਇਆ ਸੰਘਰਸ਼, ਜਦ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਮਰ ਸਿਰਫ 42 ਸਾਲ ਰਹੀ ਆ ਸਰੀਰਕ ਤੌਰ 'ਤੇ,
सतगुरु अज भी नहीं कितने गए, पर जिहड़ी उम्र आ सतगुरां दी 42 साल शरीरक तौर पर हो रहे हैं। 42 सालों के हूँ देख लो भी 14 जंगा उन्होंने लड़िया ने, तो सारे जित प्राप्त की उन्होंने सारा जीवन ही संघर्ष के लग गया। अंत समय तक जूझे ने, शहीद होए ने, अंत समय तक वह जूझे ने। जिहड़ा पंथ भी आ जदों खालसा पंथ साजिया उदों दा ही जंगा दे विच जूझदा आया पंजाब नूं, पंजाब दे जिम्मे नूं नित महिमा। सानूं तां रोज़ ही असीं संघर्ष सी ना, खालसा पंथ दा साडा तां असीं घर रहिण दे नहीं, असीं तां जंगलां 'च रहिण वाले आ जिते कितों कोई भीड़ पैंदी खालसा पंथ उसदे गजदा। ये फौजां ने गुरु गोबिंद सिंह महाराज दीआं होईआं, जे किते वी फिर किसे नूं वी लोड़ पैंदी असीं उत्थे जग जांगे। असीं हमेशा ही सच दा सच्चाई दा साथ दित्ता, असीं आउंदे रहांगे। तो हुण इत्थे साडी शानदार जित होई, असीं जित नूं संभाल के तो जित प्राप्त करके शानदार नाल असीं शानदार दे जिम्मे आए हो। चढ़दी कला दे विच गुरु साहब दे ताबे आए सी, गुरु साहब दे असीं ताबिया जाणा, सतगुरु महाराज दे आप गवाही करनगे, जिहड़ा इत्थों जाऊगा काफला जाना जी सतगुरु ने गवाही करनी होती। ठीक है, बहुत बहुत शुक्रिया गलबात करने के लिए। सोए सन निहंग सिंह राजा राज सिंह जिन्होंने कहा है कि सब तो पहला आए थे, उठ के सब तो बाद जावांगे। जिदे लिए बस इन्नी मिनट की एनवी माजरों दी इजाजत, कैमरा परसन बल्लू दे नाल ब्रेकिंग न्यूज़ पंजाब। की तुसी परेशान हो, 100% गारंटी नाल पाओ हर परेशानी दा हल गुरु अजमेरी बाबा। संपर्क करो 9871-70-721। खोया प्यार वापस पाओ 24 घंटे च। परेशानी जिवे लव मैरिज, प्यार च धोखा, सौतन दुश्मन तो छुटकारा, तलाक केस, जमीनी झगड़ा, विदेश यात्रा, इमीग्रेशन मसले, औलाद सुख, बीमारी च दवा ना लगना, कीता किराया दा जड़ तो खात्मा, गुप्त वशीकरण कराओ, मन चाहा प्यार पाओ, लॉटरी नंबर पाओ भावे 649 होवे या लोटो मैक्स। प्यार च धोखा खा चुके प्रेमी प्रेमिका एक बार जरूर संपर्क करन, मैं तुहाडा प्यार टुटन नहीं देवांगा, इट्स माई प्रोमिस। संपर्क करो 9871-70-721। खुदा दे घर देर है पर हनेर नहीं। की तुसी परेशान हो, अज ही संपर्क करो गुरु बशीर खान, कॉल करो 9814-60-154। पता लुधियाना। हर परेशानी दा हाल पाओ 100% गारंटी दे नाल। परेशानी जिवे व्याह विच रुकावट, खोया प्यार वापस पाउणा, पति पत्नी विच झगड़ा, सौतन दुश्मन तो छुटकारा, विदेश यात्रा, इमीग्रेशन मसले, औलाद सुख, बुरे सुपने, बीमारी विच दवा दा ना लगना, लाटरी नंबर पाओ भावे 649 होवे या मेगा मिलियन। हर जगह तो निराश ते धोखा खा चुके दुखी भैन भरा एक बार जरूर संपर्क करो, मैं तुहानू खून दे हंजू नहीं रोण देंगा, इट्स माई प्रोमिस। गुरु बशीर खान 9814-60-154।